ਪਾਕਿਸਤਾਨ ਦਾ ਇੱਕ ਫਕੀਰ ਜਿਹੜਾ ਕਿਤੇ ਵੱਜੋਂ ਮੰਗਦਾ ਸੀ ਉਹਦਾ ਨਾਂ ਸੀ ਇਦੀ ਇਦੀ ਤਾਂ ਲੋਕਾਂ ਨੇ ਉਹਦਾ ਨਾਂ ਪਿਆਰ ਨਾਲ ਰੱਖਿਆ ਹੋਇਆ ਸੀ ਪੂਰਾ ਨਾਂ ਸੀ ਅਬਦੁੱਲ ਸੱਤਾਰ ਮੈਂ ਉਹਦੇ ਬਾਰੇ ਨੈੱਟ ਤੋਂ ਪੜ੍ਹਨ ਲੱਗਿਆ ਉਹਦੀਆਂ ਇੰਟਰਵਿਊਆਂ ਲਈਆਂ ਗਈਆਂ ਉਹਦੀਆਂ ਇੰਟਰਵਿਊਆਂ ਦੇ ਤਰਜਮੇ ਹੋਏ ਉਹਦੀਆਂ ਗੱਲਾਂ ਦੁਨੀਆ ਦਾ ਦੂਰ ਦੂਰ ਤੱਕ ਪੜ੍ਹੀਆਂ ਮੈਨੂੰ ਲੱਗਿਆ ਕਿ ਇਹ ਬੰਦਾ ਰੇਅਰ ਹੈ ਇਸ ਤਰ੍ਹਾਂ ਦੇ ਘੱਟ ਹੁੰਦੇ ਨੇ ਮੈਂ ਉਹਦੇ ਵਾਸਤੇ ਸਮੱਗਰੀ ਇਕੱਠੀ ਕਰਦਾ ਗਿਆ ਕਰਦਾ ਗਿਆ ਤੇ ਇੱਕ ਲੇਖ ਬਣ ਗਿਆ ਉਹ ਲੇਖ ਆਪਾਂ ਮੈਗਜ਼ੀਨ ਹੁਣ ਚ ਛਪਵਾਇਆ ਪਾਠਕਾਂ ਨੇ ਵੱਡੀ ਗਿਣਤੀ ਚ ਪੜਿਆ ਹੁਣ ਦੇਖ ਤੁਸੀਂ ਦੇਖੋ ਕਿ 10ਵੀਂ ਕਰਨ ਤੋਂ ਬਾਅਦ ਉਹਨੇ ਫੈਸਲਾ ਕਰ ਲਿਆ ਕਿ ਮੈਂ ਨਹੀਂ ਪੜਦਾ 10ਵੀਂ ਤੋਂ ਬਾਅਦ ਉਹਨੇ ਫੈਸਲਾ ਕੀਤਾ ਕਿ ਮੈਂ ਤਾਂ ਮੰਗਣਾ ਹੈ ਤੁਸੀਂ ਦੇਖੋ ਕਿ ਉਹਦੇ ਮਾਪੇ ਕਿੰਨੇ ਇੱਕ ਬੇਚੈਨ ਹੋਏ ਹੋਣਗੇ ਜਦੋਂ ਆਪਣੇ ਬੇਟੇ ਦੀ ਇਹ ਗੱਲ ਸੁਣੀ ਕਿ ਇਹ ਤਾਂ ਮੰਗਤਾ ਬਣੂਗਾ ਮੰਗਤਾ ਪ੍ਰੋਫੈਸ਼ਨਲ ਬੈਗਰ ਜੀ ਤੋਂ ਇੱਕ ਮੰਗਤਾ ਲੋਕਾਂ ਚ ਪਾਪੂਲਰ ਹੋ ਸਕਦਾ ਹੈ ਇਹ ਹੈਰਾਨੀਜਨਕ ਗੱਲ ਸੀ ਉਸਨੇ ਸ਼ੁਰੂ ਕੀਤਾ ਜਿਹੜੇ ਲਾਵਾਰਸ ਪਸ਼ੂ ਮਰੇ ਪਏ ਨੇ ਬਦਬੂ ਆ ਰਹੀ ਹੈ ਸੜਕਾਂ ਤੇ ਇਹਨਾਂ ਨੂੰ ਆਪਾਂ ਠੀਕ ਟਿਕਾਣਿਆਂ ਤੇ ਪੁਚਾਈ ਫਿਰ ਲਾਵਾਰਸ ਬਹੁਤਾਂ ਦਾ ਪਤਾ ਕਿਤੇ ਐਕਸੀਡੈਂਟ ਚ ਲਾਵਾਰਸ ਮੌਤ ਪਈ ਕਿਤੇ ਅੱਗ ਜ਼ਨੀ ਚ ਤੂਫਾਨ ਚ ਇਹਨੇ ਲਾਵਾਰਸ ਬੰਦਿਆਂ ਦੇ ਨੂੰ ਦਫ਼ਨ ਕਰਨਾ ਸ਼ੁਰੂ ਕੀਤਾ ਇਹਦੇ ਵਾਸਤੇ ਦਾਨ ਵੀ ਆਉਣਾ ਸ਼ੁਰੂ ਹੋਇਆ ਲੇਕਿਨ ਥੋੜਾ ਥੋੜਾ ਪਹਿਲਾਂ ਇਹਦੇ ਕੋਲ ਇੱਕ ਜੌਂਗਾ ਸੀ ਤੇ ਫਿਰ ਇਹਦੇ ਕੋਲ ਹੌਲੀ-ਹੌਲੀ ਗੱਡੀਆਂ ਵੀ ਵੱਧਦੀਆਂ ਗਈਆਂ ਮਤਲਬ ਮੈਂ ਵੇਚ ਲੀਆਂ ਕੁਝ ਗੱਲਾਂ ਸੁਣਾਵਾਂਗਾ ਬਾਅਦ ਚ ਅੱਜ ਦੇ ਦਿਨ ਉਹਦੇ 750 ਹਸਪਤਾਲ ਨੇ 1500 ਐਂਬੂਲੈਂਸਾਂ ਨੇ ਉਹਦਾ ਇੱਕ ਹਸਪਤਾਲ ਇੰਡੀਆ ਚ ਵੀ ਹੈ ਬੰਗਲੌਰ ਜਿੱਥੇ ਕਿਤੇ ਉਹਨੂੰ ਪਤਾ ਲੱਗਦਾ ਕਿ ਲੋੜਵੰਦ ਨੇ ਇੱਥੇ ਲੋਕ ਆਪਾਂ ਉਹਨਾਂ ਦੀ ਮਦਦ ਕਰਨੀ ਹੈ ਉਹਨਾਂ ਦੀ ਮਦਦ ਵਾਸਤੇ ਬੋਰਡ ਨੇ ਇੱਕ ਦੋ ਐਗਜ਼ਾਮਪਲ ਕਿਸ ਤਰ੍ਹਾਂ ਬੋਰਡ ਦੇ ਤੇ ਕਿਸ ਤਰ੍ਹਾਂ ਦਾ ਰਵਈਆ ਹੈ ਇਹਦਾ ਇੱਕ ਪਰਿਵਾਰ ਆਇਆ ਹਿੱਦੀ ਬਾਬਾ ਸਾਡਾ ਬਜ਼ੁਰਗ ਲਾਪਤਾ ਸੀ ਕਈ ਹਫ਼ਤਿਆਂ ਤੋਂ ਅਸੀਂ ਸਾਰੀਆਂ ਰਿਸ਼ਤੇਦਾਰੀਆਂ ਲੱਭ ਮਾਰੀਆਂ ਕਿਤੇ ਨਹੀਂ ਲੱਭਿਆ ਪਤਾ ਲੱਗਿਆ ਕਿਤੇ ਬਦਬੂ ਆਉਣੀ ਸ਼ੁਰੂ ਹੋਈ ਇੱਕ ਸੁੱਕਾ ਖੂਹ ਸੀ ਉਹਦੇ ਵਿੱਚ ਰੋੜਾਂ ਤੋਂ ਪੈਰ ਕਿਵੇਂ ਤਿਲਕਿਆ ਕਦੋਂ ਤਿਲਕਿਆ ਪਤਾ ਨਹੀਂ ਪਰ ਉਹਦੇ ਵਿੱਚ ਮੌਤ ਹੋ ਗਈ ਬਾਬਾ ਤੁਸੀਂ ਦਫ਼ਨ ਕਰਨਾ ਚਲੋ ਆਪਣਾ ਜੌਂਗਾ ਸਟਾਰਟ ਕੀਤਾ ਖੂਹ ਤੇ ਪਹੁੰਚ ਕੇ ਜਿੱਥੇ ਰਿਸ਼ਤੇਦਾਰ ਲੈ ਕੇ ਗਏ লাশ ਕੱਢੀ ਹੀੜੇ ਚੱਲ ਰਹੇ ਸਨ ਰਾਸ ਸਪਿਰਿਟ ਨਾਲ ਧੋਈ ਫਿਰ ਪਾਣੀ ਨਾਲ ਧੋਈ ਫਿਰ ਸਫੈਦ ਕੱਪੜਾਂ ਚ ਲਪੇਟੀ ਤਾਬੂਤ ਚ ਰੱਖੀ ਆਪਣੇ ਜੋਗਗੇ ਚ ਟਿਕਾਈ ਕਬਰਸਤਾਨ ਚ ਦਫਨ ਕੀਤੀ ਜਦੋਂ ਆਉਣ ਲੱਗੇ ਉੱਥੋਂ ਉਹ ਪਰਿਵਾਰ ਦੇ ਜੀ ਕਹਿੰਦੇ ਲਓ ਜੀ ਦੀ ਬਾਬਾ ਥੋੜੀ ਜੀ ਸੇਵਾ ਕਰਨੀ ਹੈ ਤੁਹਾਡੀ 25000 ਰੁਪਏ ਦੇਣ ਲੱਗੇ ਜੀ ਦੀ ਕਹਿੰਦਾ ਮੈਂ ਨਹੀਂ ਤੁਹਾਡੇ ਤੋਂ ਪੈਸੇ ਲੈਂਦਾ ਕਿਉਂ ਬਾਬਾ ਕਿਉਂ ਨਹੀਂ ਪੈਸੇ ਲੈਂਦੇ ਉਹ ਕਹਿੰਦੇ ਰਿਸ਼ਤੇਦਾਰ ਦਾ ਤੁਹਾਡਾ ਸੀ ਇਹ ਤੁਸੀਂ 5 ਏਕੜ ਦੂਰ ਆਪਣੇ ਨੱਕਾਂ ਤੇ ਰੁਮਾਲ ਲਈ ਦੇਖਦੇ ਰਹੇ ਕੀ ਦੀ ਕੀ ਕਰ ਰਹੇ ਤੁਹਾਡੇ ਵਰਗੇ ਨਾ ਸ਼ੁਕਰਿਆਂ ਦਾ ਤੁਹਾਡੇ ਵਰਗੇ ਗੁਨਾਹਗਾਰਾਂ ਦਾ ਤਾਂ ਜੇ ਤੁਸੀਂ 1 ਕਰੋੜ ਦਿਓ ਮੈਂ ਕਰੋੜ ਵੀ ਨਹੀਂ ਲਵਾਂ ਮੈਨੂੰ ਅੱਲਾ ਅੱਗੇ ਮੈਂ ਜਵਾਬ ਦੇ ਨਹੀਂ ਹਾਂ ਕਿ ਕਿਹਨਾ ਬੰਦਿਆਂ ਦੀ ਸੇਵਾ ਕਰਖਿਆ ਤੂੰ ਤੁਹਾਡਾ ਫਰਜ਼ ਸੀ ਜਿਹੜਾ ਮੈਂ ਅਦਾ ਕੀਤਾ ਮੈਂ ਜਿਹੜਾ ਲੈਣਾ ਹੋਇਆ ਅੱਲਾ ਪਰਵਰਦگار ਤੋਂ ਲਵਾਂਗਾ ਕਿਤੇ ਕਿਤੇ ਇਹਦੀ ਔਰਤ ਉਹਦਾ ਨਾ ਬਲਕੀਸ ਬਿਲਕੀਸ ਕਹਿੰਦੀ ਵੀ ਬਾਬਾ ਫਲਾਣੀ ਥਾਂ ਤੇ ਚੱਲੇ ਹਨ ਯਾਨੀ ਦੱਸਿਆ ਕਿ ਡਾਕੂਆਂ ਨਾਲ ਪੁਲਿਸ ਦਾ ਮੁਕਾਬਲਾ ਹੋ ਰਿਹਾ ਫਲਾਣੇ ਪਿੰਡ 'ਚ ਬਿਲਕੀਸ ਕਹਿੰਦੀ ਕਦੇ-ਕਦੇ ਕਹਿ ਜਾਂਦੀ ਈਦੀ ਮੈਨੂੰ ਵੀ ਨਾਲ ਲੈ ਚੱਲ ਚਲੋ ਤੁਸੀਂ ਵੀ ਚੱਲੇ ਚੱਲੋ ਜਦੋਂ ਇਹ ਪਹੁੰਚੇ ਇਹਦੇ ਹੱਥ 'ਚ ਸੀਟੀ ਰੱਖਦਾ ਸੀ ਆਪਣੀ ਗੱਡੀ ਰੋਕਦਾ ਸੀਟੀ ਵਜਾਉਂਦਾ ਤੇ ਲਾਊਡ ਸਪੀਚ ਸਪੀਕਰ 'ਚ ਆਖਦਾ ਹੁੰਦਾ ਜਦੋਂ ਕਿ ਤੇ ਇਹੋ ਜੀ ਸਿਚੁਏਸ਼ਨ 'ਚ ਪਹੁੰਚਣਾ ਹੋਵੇ ਈਦੀ ਬਾਬਾ ਆ ਗਿਆ ਗੋਲੀਬਾਰੀ ਬੰਦ ਕਰੋ ਦੋਵੇਂ ਧਿਰਾਂ ਗੋਲੀਬਾਰੀ ਬੰਦ ਕਰ ਦਿੱਤੀ ਹੁਣ ਤੁਹਾਡਾ ਕੋਈ ਕੰਮ ਨਹੀਂ ਇੱਥੇ ਮੈਂ ਹੁਣ ਕੰਮ ਮੇਰਾ ਸ਼ੁਰੂ ਹੋਇਆ ਜ਼ਖਮੀਆਂ ਨੂੰ ਸੰਭਾਲਦਾ ਜਦੋਂ ਪਹੁੰਚੇ ਤਾਂ ਬਨੇਰੇ ਤੋਂ ਇੱਕ ڈاکੂ ਖਲੋਤਾ ਸੀ ਉਹਦੇ ਗੋਲੀ ਵਜੀ ਉਹਦਾ ਧੜ ਜਦ ਜੋਰ ਖੜਾ ਕੇ ਦੜਾਕ ਦੀ ਆਵਾਜ਼ ਆਈ ਜ਼ਮੀਨ ਤੇ ਡਿੱਗਿਆ ਪੁਲਿਸ ਅਫਸਰ ਕਹਿੰਦਾ ਬੜਾ ਖਤਰਨਾਕ ڈاکੂ ਸੀ ਬਿਲਕੀਸ ਕਹਿੰਦੀ ਜਦੋਂ ਇਹ ਜੰਮਿਆ ਸੀ ਉਹ ਤਾਂ ڈاکੂ ਨਹੀਂ ਸੀ ਖਬਰਦਾਰ ਜਿਹਦੇ ਵਾਸਤੇ ਬੁਰਾ ਬਚਨ ਬੋਲੇ ਸਰਕਾਰ ਨਾਲ ਇਹ ਲਿਖਤ ਹੋਈ ਹੋਈ ਹੈ ਐਗਰੀਮੈਂਟ ਹੋਇਆ ਹੋਇਆ ਹੈ ਕਿ ਚਾਹੇ ਜਿਹਨਾਂ ਨੂੰ ਤੁਸੀਂ ਖਾੜਕੂ ਕਹੋ ਐਕਸਟਰੀਮਿਸਟ ਕਹੋ ਅਤੰਕਵਾਦੀ ਕਹੋ ਚਾਹੇ ਡਾਕੂ ਕਹੋ ਜਦੋਂ ਇਦੀ ਬਾਬਾ ਪਹੁੰਚ ਜੇ ਉਦੋਂ ਨੰਬਰ 1 ਗੋਲੀਬਾਰੀ ਬੰਦ ਨੰਬਰ 2 ਦੋਵੇਂ ਪਾਸਿਆਂ ਦੀਆਂ ਲਾਸ਼ਾਂ ਤੇ ਦੋਵੇਂ ਪਾਸਿਆਂ ਦੇ ਜ਼ਖਮੀ ਇਦੀ ਲੈ ਕੇ ਜਾਏਗਾ ਆਪਣੇ ਹਸਪਤਾਲ 'ਚ ਜਦੋਂ ਰਾਜ਼ੀ ਹੋ ਕੇ ਮਿਲਿਟੈਂਟ ਜਾਂ ਡਾਕੂ ਉਥੋਂ ਜਾਣਗੇ ਤਾਂ ਇਦੀ ਤੋਂ ਸਰਕਾਰ ਪੁੱਛ ਪ੍ਰਤਾਲ ਨਹੀਂ ਕਰੇਗੀ ਕਿ ਕਿੱਥੇ ਗਏ ਨੇ ਇਸ ਤੇ ਇਦੀ ਤੇ ਸਰਕਾਰ ਹਮੇਸ਼ਾ ਨੇਵੇ ਇੱਕ ਦਿਨ ਬਲਕੀਸ ਕਹਿੰਦੀ ਇਦੀ ਬਾਬਾ ਬਦਬੂ ਮਾਰਦੀਆਂ ਲਾਸ਼ਾਂ ਕੀੜੇ ਚੱਲਦੇ ਕਦੀ ਕਦੀ ਤੁਹਾਨੂੰ ਕਚਾਨਣੀਆਂ ਦੀ ਤੁਹਾਡਾ ਦਿਲ ਭੈੜਾ ਨਹੀਂ ਹੁੰਦਾ ਇਹੋ ਜਿਹੀਆਂ ਲਾਸ਼ਾਂ ਦਾ ਬੰਦੋਬਸਤ ਵੀ ਕਰਦੇ ਫਿਰ ਜਾਨੇ ਤੁਸੀਂ ਇਦੀ ਕਹਿੰਦਾ ਨਹੀਂ ਮੈਨੂੰ ਤਾਂ ਇਸ ਤਰ੍ਹਾਂ ਦਾ ਕਦੀ ਹੁੰਦਾ ਨਹੀਂ ਬਲਕੀਸ ਕਹਿੰਦੀ ਹੁੰਦਾ ਕਿਉਂ ਨਹੀਂ ਸਮੁੰਦਰ ਚ ਤੈਰਦੀਆਂ ਲਾਸ਼ਾਂ ਹੱਥ ਲਾਓ ਤਾਂ ਮਾਸ ਉਖੜ ਜਾਂਦਾ ਨਾਲੋਂ ਤੁੱਪੇ ਪਈਆਂ ਖਤਾਨਾਂ ਜੇ ਪਈਆਂ ਲਾਸ਼ਾਂ ਬਦਬੂ ਆਉਂਦੀ ਹੁੰਦੀ ਹੈ ਤੇਰੇ ਦਿਲ ਚ ਕਚਾਣ ਕਿਉਂ ਨਹੀਂ ਆਉਂਦੀ ਇੱਦੀ ਕਹਿੰਦਾ ਬਿਲਕੀਸ ਜਦੋਂ ਇਸ ਤਰ੍ਹਾਂ ਦੀ ਲਾਸ਼ ਦੇਖਦਾ ਹੁੰਨਾ ਮੈਂ ਤਾਂ ਮੇਰੇ ਦਿਲ ਚਾਂਣ ਲੱਗ ਜਾਂਦਾ ਇਹ ਲਾਸ਼ ਤੇਰੀ ਵੀ ਹੋ ਸਕਦੀ ਹੈ ਇਹ ਲਾਸ਼ ਮੇਰੀ ਵੀ ਹੋ ਸਕਦੀ ਫਿਰ ਬਦਬੂ ਆਉਂਦੀ ਨਹੀਂ ਬੱਸ ਚ ਸਫਰ ਕਰ ਰਿਹਾ ਸੀ ਸੀਟ ਦੇਖੀ ਇੱਕ ਜਵਾਨ ਬੈਠਾ ਸੀ ਉਹਦੇ ਨਾਲ ਦੀ ਸੀਟ ਖਾਲੀ ਸੀ ਨਾਲ ਦੀ ਸੀਟ ਤੇ ਬੈਠ ਗਿਆ ਕੁਰਤਾ ਪਜਾਮਾ ਖੱਦਰ ਦਾ ਪਹਿਨਦਾ ਮੋਢੇ 'ਚ ਖੱਦਰ ਦਾ ਬੈਗ ਉਹ ਮੁੰਡੇ ਨੇ ਉਹ ਮੁੰਡੇ ਨਾਲ ਦੇ ਗੋਡੇ ਨਾਲ ਗੋਡਾ ਲੱਗ ਗਿਆ ਮੁੰਡਾ ਕਹਿੰਦਾ ਖਿੱਚ ਗਿਆ ਮੈਲਾ ਪਜਾਮਾ ਹੈ ਨਾ ਪਰ ਇਹੋ ਕੇ ਬੈਠ ਤੂੰ ਮੈਲਾ ਹੈ ਇੱਕ ਮੁਸਾਫਿਰ ਜਿਹੜਾ ਖਲੋਤਾ ਸੀ ਉਹਨੇ ਮੁੰਡੇ ਦੀ ਗੱਲ ਸੁਣੀ ਉਹਨੂੰ ਕਹਿੰਦਾ ਤਮੀਜ਼ ਨਾਲ ਇਹ ਬਜ਼ੁਰਗ ਕੌਣ ਹੈ ਤੂੰ ਜਾਣਦਾ ਨਹੀਂ ਜੇ ਕਿਤੇ ਕਿਸੇ ਐਕਸੀਡੈਂਟ 'ਚ ਤੂੰ ਮਾਰਿਆ ਗਿਆ ਤੇਰੀ ਲਾਵਾਰਸ਼ ਲਾਸ਼ ਨੂੰ ਦਫ਼ਨ ਨਹੀਂ ਕਰੇ ਉਹ ਵਾਹ ਇੱਕ ਦਿਨ ਆਪਣੀ ਔਰਤ ਨੂੰ ਕਹਿਣ ਲੱਗਿਆ ਬਿਲਕੀਸ ਇਲੈਕਸ਼ਨ ਦਾ ਐਲਾਨ ਹੋ ਗਿਆ ਪਾਰਲੀਮੈਂਟ ਦੀਆਂ ਆਪਾਂ ਨੂੰ ਲੱਗੀ ਜਾਂਦਾ ਕਿ ਲੋਕ ਆਪਾਂ ਨੂੰ ਪਿਆਰ ਕਰਦੇ ਨੇ ਵੋਟਾਂ ਦੇਖਦੇ ਪਹਿਲਾਂ ਪਾਉਂਦੇ ਨੇ ਕਿ ਨਹੀਂ ਇਲੈਕਸ਼ਨ ਲੜ ਕੇ ਦੇਖੀਏ ਉਹ ਕਹਿੰਦੀ ਤੇਰੀ ਮਰਜ਼ੀ ਇਲੈਕਸ਼ਨ ਦੇ ਕਾਗਜ਼ ਭਰ ਦਿੱਤੇ ਸਿਆਸੀ ਲੀਡਰ ਪਹਿਲਾਂ ਤਾਂ ਪ੍ਰੈਮ ਨਾਲ ਮਿੰਨਤਾਂ ਨਾਲ ਮਨਾਉਣ ਆਏ ਕਿ ਕਾਗਜ਼ ਵਾਪਸ ਲੈ ਲੈ ਕਾਗਜ਼ ਵਾਪਸ ਨਹੀਂ ਲੈ ਫਿਰ ਤੁਮਕਾਉਣ ਆ ਗਏ ਕਿ ਇਹ ਕਰ ਦਾਂਗੇ ਵਾਹ ਕਰ ਦਾਂਗੇ ਕਾਗਜ਼ ਵਾਪਸ ਲੈ ਲੈ ਵਾਪਸ ਨਹੀਂ ਲੈ ਲੰਘ ਗਈ ਤਰੀਕ ਜਦੋਂ ਕਾਗਜ਼ ਵਾਪਸ ਕਰਨ ਦੀ ਤਰੀਕ ਲੰਘ ਗਈ ਅਖਬਾਰਾਂ ਚ ਖਬਰਾਂ ਇਸ ਤਰ੍ਹਾਂ ਦੀਆਂ ਛਪਣੀਆਂ ਸ਼ੁਰੂ ਹੋਈਆਂ ਕਰਾਚੀ ਦੇ ਕੁੜੀਆਂ ਦੇ ਯਤੀਮਖਾਨੇ ਚੋਂ ਫਲਾਣੇ ਤਰੀਕ ਅੱਧੀ ਰਾਤ ਨੂੰ ਚਾਰ ਜਵਾਨ ਕੁੜੀਆਂ ਜਿਹੜੀਆਂ ਗਾਇਬ ਹੋਈਆਂ ਸਨ ਉਹ ਪਤਾ ਕਿੱਥੇ ਕਿੱਥੇ ਵੇਚੀਆਂ ਇੱਦੀ ਨੇ ਤੇ ਕਿੰਨੇ ਕਿੰਨੇ ਦੀਆਂ ਵੇਚੀਆਂ ਜਲਦੀ ਅਸੀਂ ਇਹਨਾਂ ਦਾ ਖੁਲਾਸਾ ਕਰਾਂਗੇ ਅਖਬਾਰ ਪੜ੍ਹਿਆ ਇੱਦੀ ਨੇ ਮੱਥੇ ਤੇ ਹੱਥ ਮਾਰੇ ਬਿਲਕੀਸ ਕੋਲ ਚੱਲੇ ਗਏ ਕਹਿੰਦਾ بیگم ਇੱਕ ਕੀ ਕਰ ਬੈਠੇ ਆਪਾਂ ਐਡੀ ਵੱਡੀ ਗਲਤੀ ਹੁਣ ਤਾਂ ਆਪਾਂ ਵੋਟ ਮੰਗਣ ਤਾਂ ਕੀ ਜਾਣਾ ਸੀ ਹੁਣ ਤਾਂ ਆਪਾਂ ਪੈਸਾ ਮੰਗਣ ਜੋਗੇ ਵੀ ਨਹੀਂ ਰਹੇ ਮੈਂ ਗਲਤੀ ਕਿਉਂ ਕਰ ਬੈਠਿਆ ਐਡੀ ਗਲਤੀ ਬਲਕੀਜ਼ ਕਹਿੰਦੀ ਇਦੀ ਪਛਤਾਵਾ ਨਾ ਕਰ ਘਬਰਾ ਨਾ ਜਿੱਡਾ ਵੱਡਾ ਬੰਦਾ ਹੁੰਦਾ ਓਡੀ ਵੱਡੀ ਗਲਤੀ ਕਰਦਾ ਹੁੰਦਾ ਤੂੰ ਬੰਦਾ ਹੈ ਹੀ ਵੱਡਾ ਤੂੰ ਛੋਟੀ ਗਲਤੀ ਕਰ ਹੀ ਨਹੀਂ ਸਕਦਾ ਬਸ ਹੁਣ ਇੰਨੀ ਗੱਲ ਹੈ ਕਿ ਆਪਾਂ ਵੋਟਾਂ ਮੰਗਣ ਨਹੀਂ ਜਾਵਾਂਗੇ ਆਪਣੇ ਘਰ ਬੈਠ ਜਿਹੜਾ ਕਾਰੋਬਾਰ ਆਪਾਂ ਕਰਦੇ ਰਹੇ ਉਹ ਹੀ ਕਰਾਂਗੇ ਵੋਟਾਂ ਮੰਗਣ ਨਹੀਂ ਗਏ ਵੋਟਾਂ ਦਾ ਰਿਜ਼ਲਟ ਆਇਆ ਰਿਕਾਰਡ ਤੋੜ ਵੋਟ ਪਈ ਇਦੀ ਪਾਰਲੀਮੈਂਟ ਦੇ ਸੈਸ਼ਨ 'ਚ ਹਿੱਸਾ ਲੈਣ ਚਲਾ ਗਿਆ ਬੱਸ 'ਚ ਬੈਠ ਕੇ ਪਾਰਲੀਮੈਂਟ ਹਾਊਸ ਦੇ ਨੇੜੇ ਪਹੁੰਚਿਆ ਲਿਬਾਸ ਤੇ ਮੋਢੇ 'ਚ ਲਟਕੇ ਬੈਗ ਦੇਖ ਕੇ ਗਾਰਡ ਕਹਿੰਦੇ ਬਾਬਾ ਇੱਥੇ ਮੰਗਣਾ ਮਨਾ ਹੈ ਇੱਥੇ ਨਹੀਂ ਮੰਗ ਸਕਦੇ ਇਦੀ ਕਹਿੰਦਾ ਬੱਚਿਓ ਮੈਂ ਪਾਰਲੀਮੈਂਟ ਦਾ ਮੈਂਬਰ ਹਾਂ ਤੇ ਸੈਸ਼ਨ ਸ਼ੁਰੂ ਹੋਣ ਲੱਗੇ ਮੈਨੂੰ ਛੱਡ ਕੇ ਆਓ ਉੱਥੇ ਮੈਨੂੰ ਰਸਤੇ ਦਾ ਨਹੀਂ ਪਤਾ ਫਿਰ ਉਹ ਕਹਿੰਦੇ ਉਹ ਇਦੀ ਬਾਬਾ ਦੱਸਿਆ ਕਿਉਂ ਨਹੀਂ ਅਸੀਂ ਗੈਸਟ ਹਾਊਸ ਬੁੱਕ ਕਰਨਾ ਸੀ ਅਸੀਂ ਤੁਹਾਡੇ ਵਾਸਤੇ ਕਾਰ ਭੇਜਣੀ ਸੀ ਤੁਸੀਂ ਦੱਸਿਆ ਕਿਉਂ ਨਹੀਂ ਕਹਿੰਦੇ ਚੱਲੋ ਮੈਂ ਹੁਣ ਦੱਸ ਦਿੱਤਾ ਹੁਣ ਮੈਨੂੰ ਰਸਤਾ ਦੱਸੋ ਤੇ ਮੇਰੇ ਨਾਲ ਇੱਕ ਜਾਣਾ ਭੇਜੋ ਇੱਕ ਗਾਰਡ ਨਾਲ ਗਿਆ ਅੰਦਰ ਬਿਠਾਇਆ ਵੱਖ-ਵੱਖ ਕਾਂਸਟੀਟਿਊਐਂਸੀਜ਼ ਦੇ ਲੋਕ ਜ਼ਿਆਉਲ ਹੱਕ ਦੀ ਸਰਕਾਰ ਸੀ ਆਪਣੇ ਆਪਣੇ ਇਲਾਕੇ ਵਾਸਤੇ ਫੰਡ ਮੰਗ ਰਹੇ ਸਨ ਰਹਿਤਾਂ ਮੰਗ ਰਹੇ ਸਨ ਗ੍ਰਾਂਟਾਂ ਮੰਗ ਰਹੇ ਸਨ ਇਦੀ ਨੇ ਪਰਚੀ ਭੇਜੀ ਮੈਨੂੰ ਵੀ ਟਾਈਮ ਚਾਹੀਦਾ ਦਰ ਦੇ ਘੰਟੇ ਦਾ ਇਦੀ ਨੂੰ ਅੱਧਾ ਘੰਟਾ ਮਿਲਿਆ ਪਾਕਿਸਤਾਨ ਦੇ ਕਿਸ-ਕਿਸ ਹਿੱਸੇ ਚ ਹਿੱਸੇ ਚ ਕਿਰਕਿਰ ਪੈਂਦੀ ਗਰੀਬੀ ਹੈ ਬਿਮਾਰੀ ਹੈ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਕਦੀ ਸਕੂਲ ਦਾ ਮੂੰਹ ਤੱਕ ਨਹੀਂ ਦੇਖਿਆ ਇਦੀ ਨੇ ਡਿਟੇਲ ਚ ਦੱਸਿਆ ਕਿ ਐ ਇਹ ਤਕਲੀਫਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ ਇਦੀ ਕਹਿੰਦਾ ਸਰਕਾਰ ਮੈਨੂੰ 2 ਕਰੋੜ ਰੁਪਏ ਦੇ 2 ਕਰੋੜ ਰੁਪਏ ਮੈਂ ਆਪਣੇ ਕੋਲ ਪਾਉਂਗਾ ਮੈਂ ਇਹਨਾਂ ਨੂੰ ਰਾਹਤ ਦੇਵਾਂਗਾ ਨਾ ਥਾਵਾਂ ਹਸਪਤਾਲ ਖੋਲੂੰਗਾ ਸਕੂਲ ਖੋਲੂੰਗਾ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਜੇ ਸਰਕਾਰ ਮੈਨੂੰ 2 ਕਰੋੜ ਰੁਪਏ ਦੇਵੇਗੀ ਤਾਂ ਮੇਰੇ ਕੰਮ ਤੇ ਨਿਗਰਾਨੀ ਕਰਨ ਦਾ ਸਰਕਾਰ ਨੂੰ ਹੱਕ ਹੋਵੇਗਾ। ਜਾਂ ਫਿਰ ਐਂ ਕਰੋ 2 ਕਰੋੜ ਸਰਕਾਰ ਪਾਏ 2 ਕਰੋੜ ਮੈਂ ਦਿਨਾ। ਸਰਕਾਰ ਇਹ ਕੰਮ ਕਰੇ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਇਹਨਾਂ ਦੀ ਨਿਗਰਾਨੀ ਮੈਂ ਕਰਾਂਗਾ। ਨੋਟ ਕੀਤੀਆਂ ਗਈਆਂ। ਅਗਲੇ ਦਿਨ ਪਾਰਲੀਮੈਂਟ ਸੈਸ਼ਨ ਗੈਲਰੀ ਚ ਅੰਤਰਰਾਸ਼ਟਰੀ ਪ੍ਰੈਸ ਬੈਠੀ ਸੀ। ਅਗਲੇ ਦਿਨ ਦੁਨੀਆ ਦੇ ਅਖਬਾਰਾਂ ਚ ਜਿਹੜੀ ਸੁਰਖੀ ਲਾ ਕੇ ਖਬਰ ਚਾਪੀ ਹੋਏ ਸੀ ਕਿ 300 ਮੈਂਬਰ ਪਾਰਲੀਮੈਂਟਾਂ ਦੇ ਵਿੱਚ 300 ਮੰਗਤਿਆਂ ਦੇ ਵਿੱਚ ਸਿਰਫ ਇੱਕ ਦਾਤਾ ਦੇਖਿਆ ਸੀ ਉਸ ਇਦੀ ਬਾਬਾ ਇਦੀ ਕੋਲ ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਫੋਨ ਆਇਆ ਅਸੀਂ ਤੁਹਾਨੂੰ ਗਿਫਟ ਦੇਣੀ ਹੈ ਇਦੀ ਬਾਬਾ ਕਾਹਦੀ ਪੰਜ ਹੈਲੀਕਾਪਟਰ ਦੇਣੇ ਇਦੀ ਕਹਿੰਦਾ ਹੈਲੀਕਾਪਟਰ ਸਾਡੇ ਤੱਕ ਕਿਸ ਨੂੰ ਚਲਾਣੇ ਨੇ ਆਂਦੇ ਉਹ ਕਹਿੰਦਾ ਜਿੱਡਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਨਾ ਪ੍ਰੈਜ਼ੀਡੈਂਟ ਕਹਿੰਦਾ ਐਂਬੂਲੈਂਸਾਂ ਪਿੱਛੇ ਰਹਿ ਜਾਂਦੀਆਂ ਨੇ ਰੇਲ ਗੱਡੀਆਂ ਪਿੱਛੇ ਰਹਿ ਜਾਂਦੀਆਂ ਨੇ ਤੁਹਾਨੂੰ ਹੈਲੀਕਾਪਟਰਾਂ ਦੇ ਲੋੜ ਹੈ ਮੈਂ ਗਿਫਟ ਦੇਣਾ ਤੁਹਾਨੂੰ ਨਹੀਂ ਚਲੋ ਗਿਫਟ ਤਾਂ ਦੇ ਦੋਗੇ ਸਾਨੂੰ ਤਾਂ ਚਲਾਉਣਾ ਨਹੀਂ ਆਉਂਦਾ ਉਹ ਕਹਿੰਦੇ 10 ਜਵਾਨਾਂ ਦੇ ਨਾਮ ਦੇ ਦਿਓ ਤੁਸੀਂ ਸਿਖਾਅ ਅਸੀਂ ਦੇਾਂਗੇ ਇੱਕ ਇੱਕ ਹੈਲੀਕਾਪਟਰ ਚ ਦੋ ਦੋ ਪਾਇਲਟ ਚਾਹੀਦੇ ਨੇ ਠੀਕ ਹੈ 10 ਮੁੰਡਿਆਂ ਦੇ ਨਾਂ ਦੇ ਤੇ ਉਹਨਾਂ ਨੂੰ ਟ੍ਰੇਨਿੰਗ ਸ਼ੁਰੂ ਕਰ ਕਹਿੰਦੇ ਟ੍ਰੇਨਿੰਗ ਚੰਗੀ ਗੱਲ ਹੈ ਕਿ ਪਾਕਿਸਤਾਨ 에ਅਰ ਫੋਰਸ ਦੇਵੇ ਲੇਕਿਨ ਜਿਉ ਨਹੀਂ ਦੇਣੀ ਉਹਨਾਂ ਨੇ ਤਾਂ ਫਿਰ ਅਸੀਂ ਦੇ ਦਾਂਗੇ 에ਅਰ ਫੋਰਸ ਨੇ ਮੰਨ ਲਿਆ ਕਿ ਅਸੀਂ ਟ੍ਰੇਨਿੰਗ ਦੇਾਂਗੇ ਫਿਰ ਈਦੀ ਬਾਬਾ ਦਾ ਬਿਆਨ ਆ ਗਿਆ ਪੰਜ ਹੈਲੀਕਾਪਟਰ ਤਾਂ ਆ ਗਏ ਸਾਡੇ ਕੋਲ ਇਹਨਾਂ ਚ ਪੈਟਰੋਲ ਕੌਣ ਪਾਊਗਾ ਅਰਬ ਦੇ ਸ਼ੇਖ ਦਾ ਬਿਆਨ ਆ ਗਿਆ ਮੁਫਤ ਜਿੰਨਾ ਫਿਊਲ ਈਦੀ ਬਾਬਾ ਆਖਿਆ ਕਰੂਗਾ ਅਸੀਂ ਭਰਿਆ ਕਰਾਂਗੇ ਦੁਨੀਆ ਨੇ ਇਸ ਤਰੀਕੇ ਸਵਾਗਤ ਕੀਤਾ ਉਹਦੀਆਂ ਸੇਵਾਵਾਂ ਥਾਏ ਪਈਆਂ ਤੇ ਇੱਕ ਦਿਨ ਅਖਬਾਰਾਂ ਵਾਲੇ ਆ ਗਏ ਕਹਿੰਦੇ ਇੱਦੀ ਬਾਬਾ ਤੁਹਾਡੇ ਕੋਲ ਪੈਸਿਆਂ ਦੀ ਘਾਟ ਹੈ ਕਹਿੰਦਾ ਨਹੀਂ ਕੋਈ ਘਾਟ ਨਹੀਂ ਜਿਹੜੇ ਚੌਂਕ 'ਚ ਮੈਂ ਠੂਠਾ ਲੈ ਕੇ ਬੈਠ ਜਾ ਉੱਥੇ ਭੀੜਾਂ ਲੱਗ ਜਾਂਦੀਆਂ ਨੇ ਟ੍ਰੈਫਿਕ ਜਾਮ ਹੋ ਜਾਂਦਾ ਜਿਹੜੇ ਮੇਰੇ ਤੱਕ ਪੈਸੇ ਨਹੀਂ ਪਹੁੰਚਾ ਸਕਦੇ ਦੂਰੋਂ ਬਟੂਏ ਸਿੱਟ ਜਾਂਦੇ ਨੇ ਇੱਦੀ ਕਹਿੰਦਾ ਮੇਰੇ ਕਰਿੰਦਿਆਂ ਨੂੰ ਮੇਰੇ ਭਲੇ ਲੋਕ ਪੈਸੇ ਦੇ ਕੇ ਖੁਸ਼ ਨਹੀਂ ਉਹਨਾਂ ਨੂੰ ਲੱਗਦਾ ਜੇ ਮੇਰੇ ਠੂਠੇ 'ਚ ਪੈਸੇ ਪਾਉਣਗੇ ਤਾਂ ਪੁੰਨ ਵੱਧ ਲੱਗੂਗਾ ਮੈਂ ਨਹੀਂ ਇਹ ਗੱਲ ਆਖੀ ਕਿ ਮੈਂ ਬੰਦਗੀ ਕਰਨ ਵਾਲਾ ਫਕੀਰ ਹਾਂ ਪਰ ਉਹਨਾਂ ਦਾ ਵਿਸ਼ਵਾਸ ਮੈਂ ਉਹਨਾਂ ਦਾ ਵਿਸ਼ਵਾਸ ਕਿਉਂ ਤੋੜਾਂ ਉਹ ਚਾਹੁੰਦੇ ਨੇ ਕਿ ਆਪਣੇ ਹੱਥ ਨਾਲ ਮੇਰੇ ਠੂਠੇ 'ਚ ਪੈਸੇ ਪਾਉਣ। ਇੱਕ ਤਾਂ ਮੈਂ ਏਸ ਕਰਕੇ ਕਿ ਉਹਨਾਂ ਦਾ ਇਤਬਾਰ ਮੇਰੇ 'ਚ ਕਾਇਮ ਰਹੇ, ਠੂਠਾ ਲੈ ਕੇ ਚੌਂਕ 'ਚ ਗਾਹੇ-ਬਗਾਹੇ ਬੈਠਿਆ ਕਰੂੰਗਾ। ਦੂਜਾ ਏਸ ਕਰਕੇ ਵੀ ਮੈਂ ਠੂਠਾ ਲੈ ਕੇ ਤਾਂ ਉਮਰ ਬੈਠਿਆ ਕਰਾਂਗਾ ਕਿ ਮੈਨੂੰ ਯਾਦ ਰਹੇ ਕਿ ਈਦੀ ਤੇਰੀ ਔਕਾਤ ਤੇ ਕਮੰਗ ਤੇ ਦੀ ਹੈ। ਈਦੀ ਨੂੰ ਅਖਬਾਰਾਂ ਵਾਲੇ ਕਹਿੰਦੇ ਈਦੀ ਬਾਬਾ ਸਰਕਾਰ ਤੇਰੇ ਤੇ ਖੁਸ਼ ਨਹੀਂ ਹੈ। ਹਰੇਕ ਨੂੰ ਤੁਸੀਂ ਮੰਦਾ ਬੋਲ ਦਿੰਨੇ ਹੋ। ਆਲੋਚਨਾ ਕਰ ਦਿੰਨੇ ਹਾਂ ਵਜ਼ੀਰਾਂ ਦੀ ਪ੍ਰਾਈਮ ਮਿਨਿਸਟਰ ਦੀ ਰਾਸ਼ਟਰਪਤੀ ਤੱਕ ਦੀ ਸਾਨੂੰ ਪਤਾ ਲੱਗਿਆ ਹੈ ਕਿ ਤੁਹਾਡੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਾਉਣਾ ਚਾਹਦੀ ਹੈ ਸਰਕਾਰ ਤੇ ਇਸ ਪਾਸੇ ਵੱਲ ਫਾਈਲਾਂ ਤਿਆਰ ਹੋ ਰਹੀਆਂ ਨੇ ਈਦੀ ਕਹਿੰਦਾ ਅੱਛਾ ਕੋਈ ਗੱਲ ਨਹੀਂ ਮੈਂ ਅਖਬਾਰਾਂ ਦੀਆਂ ਕਟਿੰਗਸ ਇੱਕ ਫਾਈਲ ਦੇ ਵਿੱਚ ਸੰਭਾਲੀਆਂ ਹੋਈਆਂ ਨੇ ਲਗਭਗ ਹਰੇਕ ਵਜ਼ੀਰ ਨੇ ਵੱਡੇ ਲੀਡਰ ਨੇ ਅਖਬਾਰਾਂ 'ਚ ਬਿਆਨ ਦਿੱਤਾ ਹੋਇਆ ਹੈ ਕਿ ਈਦ ਦੀ ਪਾਗਲ ਮੈਂ ਜੱਜ ਸਾਹਿਬ ਦੇ ਅੱਗੇ ਇਹ ਖ਼ਬਰਾਂ ਦੀ ਕਤਰਨਾ ਰੱਖ ਦਾਂਗਾ ਤੇ ਆਖਾਂਗਾ ਹਜ਼ੂਰ ਪਾਗਲ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਦੇਸ਼द्रोह ਕੀ ਹੁੰਦਾ ਉਹ ਆਪਣੀ ਪਲੈਨਿੰਗ ਦੇ ਵਿੱਚ ਆਪਣੇ ਵਿਜ਼ਨ ਦੇ ਵਿੱਚ ਇੰਨਾ ਕਲੀਅਰ ਹੈ ਕਿ ਮਾਈਂਡ ਹੀ ਨਹੀਂ ਕਰਦਾ ਵੱਡੀਆਂ-ਵੱਡੀਆਂ ਆਫ਼ਤਾਂ ਵੱਡੇ-ਵੱਡੇ ਸੰਕਟ ਇੱਕ ਬੰਦਾ ਕਹਿੰਦਾ ਸਾਨੂੰ ਇਹ ਖ਼ਬਰ ਮਿਲੀ ਆਈ ਦੀ ਬਾਬਾ ਕਿ ਜਦੋਂ ਕਿਤੇ ਅੱਗ ਲੱਗਣ ਦੀ ਦੁਰਘਟਨਾ ਤੂਫਾਨ ਪਚਾਰ ਗੱਡੀਆਂ ਟਕਰਾਜਾਂ ਦੀਆਂ ਨੇ ਜਦੋਂ ਤੂੰ ਲੋੜਵੰਦਾ ਦੀ ਮਦਦ ਕਰਦਾ ਫਿਰਦਾ ਹੋਣਾ ਉਦੋਂ ਮੁਸਲਮਾਨਾਂ ਤੋਂ ਪਹਿਲਾਂ ਤੂੰ ਇਸਾਈਆਂ ਨੂੰ ਸੰਭਾਲਦਾ ਹਿੰਦੂਆਂ ਨੂੰ ਸੰਭਾਲਣ ਲੱਗ ਜਾਣਾ ਇਹਦੀ ਕਹਿੰਦਾ ਐਡੀ ਵੱਡੀ ਮੁਸੀਬਤ ਟੁੱਟੀ ਹੋਵੇ ਉਦੋਂ ਕੋਈ ਆਈਡੈਂਟੀਟੀ ਕਾਰਡ ਨਹੀਂ ਦੇਖਦਾ ਹੁੰਦਾ ਪਰ ਜਿਵੇਂ ਤੁਸੀਂ ਆਖ ਰਹੇ ਹੋ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਇਹ ਤਾਂ ਜਾਣੋ ਕਿ ਇਸਲਾਮ ਕਿੰਨਾ ਮਜ਼ਬੂਤ ਹੈ ਅਗਲਾ ਵਾਕ ਅਮੀਰ ਲੋਕ ਅਫੋਰਡ ਕਰ ਸਕਦੇ ਨੇ ਆਪਣੇ ਡ੍ਰੈਗ ਰੂਮ ਚ ਕਈ ਕਈ ਰੱਬਾਂ ਨੂੰ ਬਿਠਾਈ ਰੱਖਣ ਮੈਂ ਤਾਂ ਗਰੀਬ ਮੰਗ ਤਾਂ ਮੈਂ ਤਾਂ ਇੱਕੋ ਰੱਬ ਅਫੋਰਡ ਕਰ ਸਕਦਾ ਮੇਰੇ ਕੋਲ ਬਹੁਤੇ ਰੱਬਾਂ ਨੂੰ ਰੱਖਣ ਦੀ ਥਾਂ ਨਹੀਂ ਹੈ ਅੈਨੇ ਕਲੀਅਰ ਵਿਜ਼ਨ ਐਨੇ ਕਲੀਅਰ ਦ੍ਰਿਸ਼ਟੀ ਸੰਸਾਰ ਚ ਕੋਈ ਕੋਈ ਬੰਦਾ ਹੁੰਦਾ ਇਹੋ ਜਿਹਾ ਇਸ ਮਹਾਪੁਰਖ ਨੂੰ ਅੱਜ ਦੇ ਇਸ ਫਕੀਰ ਨੂੰ ਜਿਹਦਾ ਲਖਬ ਮੰਗਤ ਹੈ ਜਿਹਦਾ ਪ੍ਰੋਫੈਸ਼ਨ ਮੰਗਤ ਹੈ ਉਹਨੂੰ ਸਲਾਮ ਬਹੁਤ ਵੱਡੀ ਸ਼ਖਸੀਅਤ ਨੂੰ ਸਲਾਮ